ਤੁਸੀਂ ਕਹਿੰਦੇ ਤੁਹਾਡੇ ਨਾਲ ਠੱਗੀ ਵੱਜੀ ਹੈ, ਕਿਸ ਤਰ੍ਹਾਂ ਦੀ ਠੱਗੀ ਵੱਜੀ? ਠੱਗੀ ਆਪਣਾ ਵਿਆਹ ਹੋਇਆ 21/4/2014 ਨੂੰ ਜੀ। ਮੈਰਿਜ ਤੋਂ ਪਹਿਲਾਂ ਉਹ ਕਹਿੰਦੇ ਸਾਡੇ ਨਾਲ 3 ਕਿੱਲੇ ਪੈਲੀ ਲਵਾਓ ਜੀ, ਫਿਰ ਕੋਰਟ ਮੈਰਿਜ ਕਰਾਈ। ਸ਼ਰਤ ਰੱਖੀ ਗਈ ਸੀ ਵਿਆਹ ਤੋਂ ਪਹਿਲਾਂ ਪੈਲੀ ਨਾ ਕਰਾਉਣੀ ਪਊਗੀ, ਵੀ ਫਿਰ ਕੋਰਟ ਮੈਰਿਜ ਕਰਾਵਾਂਗੇ, ਫਿਰ ਬਾਹਰ ਲੈ ਕੇ ਜਾਵਾਂਗੇ। ਅਤੇ ਹਜੇ ਤੱਕ ਲੈ ਕੇ ਨਹੀਂ ਗਈ, 9 ਸਾਲ ਹੋ ਜਾਂਦੇ ਜੀ। ਕਿੱਥੇ ਗੱਲ ਖੜੀ ਹੈ, ਕੀ ਗੱਲ ਕਹੀ ਗਈ ਉਹਨਾਂ ਵੱਲੋਂ, ਹੁਣ ਕੀ ਕਿਹਾ ਜਾਂਦਾ ਵੀ ਜੇ ਉੱਥੇ ਬੁਲਾਉਣ ਦਾ ਕੋਈ ਗੱਲ ਨਹੀਂ, ਉਹ ਜਮ੍ਹਾਂ ਗੱਲ ਬੰਦ ਹੋ ਗਈ? 5 ਕਿੱਲੇ ਜ਼ਮੀਨ ਹੋਰ ਮੰਗਦੇ, 5 ਕਿੱਲੇ ਜ਼ਮੀਨ ਹੋਰ ਨਾ ਕਰਾਓ ਫਿਰ ਅਸੀਂ ਵੀ ਫੈਲ ਲਵਾਂਗੇ। ਅੱਛਾ, ਆਉਂਦੇ ਵੀ ਰਹੇ ਉੱਥੇ ਗੱਲ 9 ਸਾਲਾਂ 'ਚ ਕਿੰਨੀ ਕੁ ਵਾਰ ਆਇਆ ਉਰੇ? ਪੰਜ ਛੇ ਵਾਰ ਆਏ ਜੀ। ਉਹ ਤਾਂ ਸਾਨੂੰ ਬਾਅਦ 'ਚ ਪਤਾ ਲੱਗਿਆ ਜੀ, ਉਹਨਾਂ ਦਾ ਦੂਰੀ ਵਾਰ ਵਿਆਹ ਹੋਇਆ ਜੀ। ਅੱਜ ਤੁਸੀਂ ਧਨੌਲੇ ਆਏ ਹੋ, ਲਾਡੀ ਧਨੌਲੇ ਦੇ ਘਰ ਆਏ ਹੋ, ਉਹਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ, ਕੀ ਕਾਰਨ ਹੈ ਆਉਣ ਦਾ? ਸਾਡਾ ਕਾਰਨ ਵੀ ਇਹੀ ਹੈ ਜੀ, ਠੱਗੀ ਵੱਜੀ ਹੈ, ਨਾਲੇ ਇਹਨਾਂ ਬਾਬਾ ਨੂੰ ਦੁੱਖ ਵਟਾਵਾਂਗੇ, ਨਾਲੇ ਇਹਨਾਂ ਰਹਿਮ ਹਸਪਤਾਲ ਲਵਾਂਗੇ। ਲਵਪ੍ਰੀਤ ਸਿੰਘ ਉਰਫ ਲਾਡੀ ਧਨੌਲੇ ਦੇ ਕੇਸ ਤੋਂ ਬਾਅਦ ਸਾਰੇ ਪੰਜਾਬ ਤੋਂ ਹੀ ਲਾਡੀ ਧਨੌਲੇ ਦੇ ਘਰ ਲੋਕ ਆ ਰਹੇ ਨੇ, ਆਪਣੇ ਆਪਣੇ ਜਿਹੜੇ ਪੀੜਿਤ ਨੇ ਆਪਣੇ ਆਪਣੇ ਕੇਸ ਲੈ ਕੇ ਆ ਰਹੇ ਆ, ਸਲਾਹ ਮਸ਼ਵਰਾ ਕਰਨ ਆ ਰਹੇ ਆ, ਹੌਸਲਾ ਦੇਣ ਆ ਰਹੇ ਆ, ਨਾਲੇ ਦੁੱਖ ਵੀ ਵੰਡਾਉਣ ਆ ਰਹੇ ਨੇ। ਤਾਂ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਇਹੋ ਜਿਹਾ ਇੱਕ ਪੀੜਿਤ ਪਰਿਵਾਰ ਜਿਨ੍ਹਾਂ ਨਾਲ ਠੱਗੀ ਵੱਜੀ ਹੈ, ਉਹਨਾਂ ਨਾਲ ਕਿਹਾ ਗਿਆ ਸੀ ਵਿਆਹ ਕਰਾ ਕੇ ਉਹਨਾਂ ਨੂੰ ਵੀ ਬਾਹਰ ਲੈ ਕੇ ਜਾਊਂਗੇ, ਸੁਪਨੇ ਦਿਖਾਏ ਗਏ ਸੀਗੇ, ਪਰ ਉਹ ਗੱਲ ਸਿਰੇ ਨਹੀਂ ਚੜੀ। ਤਾਂ ਅਸੀਂ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਪੂਰਾ ਮਸਲੇ ਬਾਰੇ। ਬਾਈ ਜੀ, ਪ੍ਰੋ ਪੰਜਾਬ ਟੀਵੀ 'ਤੇ ਸਵਾਗਤ ਹੈ, ਤੁਹਾਡਾ ਨਾਮ ਕੀ ਹੈ? ਗੁਰਚਰਨ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਫਰੀਦਕੋਟ ਦੇ ਨਾਲ ਸਿੱਖਾਂ ਵਾਲਾ ਪਿੰਡ ਜੀ। ਅੱਜ ਤੁਸੀਂ ਧਨੌਲੇ ਆਏ ਹੋ, ਲਾਡੀ ਧਨੌਲੇ ਦੇ ਘਰ ਆਏ ਹੋ, ਉਹਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ, ਕੀ ਕਾਰਨ ਹੈ ਆਉਣ ਦਾ? ਸਾਡਾ ਕਾਰਨ ਵੀ ਇਹੀ ਹੈ ਜੀ, ਠੱਗੀ ਵੱਜੀ ਹੈ, ਨਾਲੇ ਇਹਨਾਂ ਬਾਬਾ ਨੂੰ ਦੁੱਖ ਵਟਾਵਾਂਗੇ, ਨਾਲੇ ਇਹਨਾਂ ਰਹਿਮ ਹਸਪਤਾਲ ਲਵਾਂਗੇ। ਤੁਸੀਂ ਕਹਿੰਦੇ ਤੁਹਾਡੇ ਨਾਲ ਠੱਗੀ ਵੱਜੀ ਹੈ, ਕਿਸ ਤਰ੍ਹਾਂ ਦੀ ਠੱਗੀ ਵੱਜੀ, ਸਾਡੇ ਦਰਸ਼ਕਾਂ ਨੂੰ ਦੱਸੋ। ਠੱਗੀ ਆਪਣਾ ਵਿਆਹ ਹੋਇਆ 21/4/2014 ਨੂੰ ਜੀ। ਮੈਰਿਜ ਤੋਂ ਪਹਿਲਾਂ ਉਹ ਕਹਿੰਦੇ ਸਾਡੇ ਨਾਲ 3 ਕਿੱਲੇ ਪੈਲੀ ਲਵਾਓ ਜੀ, ਫਿਰ ਕੋਰਟ ਮੈਰਿਜ ਕਰਾਈ ਜੀ। ਇਹ ਸ਼ਰਤ ਰੱਖੀ ਗਈ ਸੀ ਵਿਆਹ ਤੋਂ ਪਹਿਲਾਂ ਵੀ ਪੈਲੀ ਨਾ ਕਰਾਉਣੀ ਪਊਗੀ। ਵੀ ਫਿਰ ਕੋਰਟ ਮੈਰਿਜ ਕਰਾਵਾਂਗੇ, ਫਿਰ ਬਾਹਰ ਲੈ ਕੇ ਜਾਵਾਂਗੇ। ਅਤੇ ਹਜੇ ਤੱਕ ਲੈ ਕੇ ਨਹੀਂ ਗਏ, 9 ਸਾਲ ਹੋ ਚੱਲੇ। ਕਿੱਥੋਂ ਦੇ ਰਹਿਣ ਵਾਲੀ ਸੀ ਤੁਹਾਡੇ ਘਰ ਵਾਲੀ ਹੈ, ਜਿਹੜੇ ਹਜੇ ਵੀ ਘਰ ਵਾਲੀ ਨੇ? ਬਘੇਲਾ ਪਿੰਡ ਆ ਜੀ, ਅਤੇ ਕਨੇਡਾ ਟਰਾਂਟੋਰਾ 'ਚ ਰਹਿੰਦੇ ਆ ਜੀ। ਅਤੇ ਉਹ ਉੱਥੇ ਕਿਵੇਂ ਗਏ ਸੀ, ਸਟੱਡੀ ਪਰਮਿਟ 'ਤੇ ਗਏ ਸੀ, ਵਰਕ ਪਰਮਿਟ 'ਤੇ ਗਏ ਸੀ, ਕਿ ਉਹ ਪਹਿਲਾਂ ਤੋਂ ਹੀ ਰੈਜੀਡੈਂਟ ਸੀ? ਪਹਿਲਾਂ ਤੋਂ ਹੀ ਰਹਿੰਦੇ ਨੇ ਜੀ। ਅੱਛਾ, ਸਾਡੇ ਨਾਲ ਤੁਹਾਡੇ ਵੱਡੇ ਬ੍ਰਦਰ ਵੀ ਮੌਜੂਦ ਨੇ, ਤੁਹਾਡਾ ਨਾਮ ਸਰ? ਹਰਜਿੰਦਰ ਸਿੰਘ। ਹਰਜਿੰਦਰ ਸਿੰਘ ਜੀ, ਥੋੜ੍ਹਾ ਖੁੱਲ੍ਹ ਕੇ ਦੱਸੋ ਵੀ ਕੀ ਗੱਲਬਾਤ ਸੀ, ਕੀ ਕਮਿਟਮੈਂਟ ਪਹਿਲਾਂ ਹੋਈ ਸੀ ਅਤੇ ਫਿਰ ਕੀ ਗੱਲ ਪੁਗਾਈ ਨਹੀਂ ਗਈ? ਕਮਿਟਮੈਂਟ ਤਾਂ ਇਹ ਸੀ ਜੀ, ਪਹਿਲਾਂ ਵਿਆਹ ਦੀ ਸੀ ਵੀ ਆਪਾਂ ਵਿਆਹ ਕਰਨਾ, ਅਤੇ ਵਿਆਹ ਮੌਕੇ ਜਦੋਂ ਕੋਰਟ ਮੈਰਿਜ ਕਰਵਾਇਆ ਉਦੋਂ ਇਹਨਾਂ ਨੇ ਸਾਡੇ ਨਾਲ ਸ਼ਰਤ ਰੱਖੀ ਹੈ ਵੀ 3 ਕਿੱਲੇ ਜ਼ਮੀਨ ਸਾਡੇ ਨਾਲ ਲਵਾਓ, ਅਸੀਂ ਫੇਟ ਕੋਰਟ ਮੈਰਿਜ ਕਰਾਵਾਂਗੇ। ਉਸੇ ਤਰੀਕ ਨੂੰ ਕੋਰਟ ਮੈਰਿਜ ਹੋਇਆ, ਉਸੇ ਤਰੀਕ ਨੂੰ ਹੀ ਆਪਣਾ ਜ਼ਮੀਨ ਨਾ ਹੋਈ ਹੈ ਜੀ। ਮੁੜ ਕੇ ਆਏ ਸਾਲ ਆਉਂਦੇ ਆ, ਉਹ ਹੋਰ ਬਹਾਨਾ ਲਗਾ ਲੈਂਦੇ ਆ, ਉਹ ਆਉਂਦੇ ਸਾਲ ਆਉਂਦੇ ਹੋਰ ਬਹਾਨਾ ਲਗਾ ਲੈਂਦੇ ਆ, ਫਿਰ ਕਹਿੰਦੇ ਬੱਚਾ ਹੋਏਗਾ ਫਿਰ ਵੀ ਅਸੀਂ ਲੈ ਕੇ ਜਾਵਾਂਗੇ, ਫਿਰ ਫੈਲ ਲਾਵਾਂਗੇ। ਗੁੱਡੀ ਹੋਈ ਹੈ, 4 ਸਾਲਾਂ ਦੀ ਹੈ, ਉਸ ਤੋਂ ਬਾਅਦ ਫਿਰ ਇਹਦਾ ਜਨਮ ਉਰੇ ਹੋਇਆ ਕਿ ਕਨੇਡਾ ਹੋਇਆ? ਕਨੇਡਾ 'ਚ ਹੋਇਆ ਜੀ। ਹਾਂਜੀ ਹਾਂਜੀ, ਗੁੱਡੀ ਇਹਨਾਂ ਦੇ ਵਿਆਹ ਤੋਂ ਹੀ ਹੈ? ਹਾਂਜੀ ਹਾਂਜੀ, ਇਹਨਾਂ ਦੇ ਵਿਆਹ ਤੋਂ ਹੀ ਕਰਦੇ ਕਰਾਉਂਦੇ। ਹੁਣ 9 ਸਾਲ ਬੀਤ ਗਿਆ ਪਰ ਹਜੇ ਤੱਕ ਕੋਈ ਵੀ ਗੱਲ ਪੁਗਾਈ ਨਹੀਂ ਗਈ ਜੋ ਕਹੀ ਗਈ ਸੀ? ਹਾਂਜੀ ਹਾਂਜੀ, ਕੋਈ ਗੱਲ ਨਹੀਂ ਪੁਗਾਈ, ਬਸ ਲਾਰੇ ਲਾਈ ਜਾਂਦੇ ਆ, ਬਸ ਕੋਈ ਆਏ ਸਾਲ ਜੋ ਆਉਂਦੇ ਆ ਕੋਈ ਨਾ ਕੋਈ ਬਹਾਨਾ ਬਣਾ ਕੇ ਉੱਠ ਜਾਂਦੇ। ਹਾਂਜੀ। ਅੱਛਾ, ਆਉਂਦੇ ਵੀ ਰਹੇ ਆ ਉੱਥੇ ਗੱਲ 9 ਸਾਲਾਂ 'ਚ ਕਿੰਨੀ ਕੁ ਵਾਰ ਆਇਆ ਉਰੇ? ਹਾਂ, ਪੰਜ ਛੇ ਵਾਰ ਆਏ ਜੀ। ਹਾਂਜੀ, ਮੁਲਾਕਾਤ ਹੋਈ ਹੋਊ ਘਰੇ ਰਹੇ ਨੇ ਜਿਹੜੇ ਨੂੰ ਘਰੇ ਰਹੇ ਨੇ? ਘਰੇ ਰਹਿੰਦੇ ਸੀ, ਕਿਤੇ ਕੋਈ 5-7 ਦਿਨ, ਕੋਈ 10 ਦਿਨ, ਕੋਈ ਹਫ਼ਤਾ, ਐਂ ਰਹਿੰਦੇ ਸੀਗੇ। ਹਾਂਜੀ। ਅਤੇ ਹੁਣ ਕਿੱਥੇ ਗੱਲ ਖੜੀ ਹੈ, ਕੀ ਗੱਲ ਕਹੀ ਗਈ ਉਹਨਾਂ ਵੱਲੋਂ, ਹੁਣ ਕੀ ਕਿਹਾ ਜਾਂਦਾ ਵੀ ਜੇ ਉੱਥੇ ਬੁਲਾਉਣ ਦਾ ਕੋਈ ਗੱਲ ਨਹੀਂ, ਉਹ ਜਮ੍ਹਾਂ ਗੱਲ ਬੰਦ ਹੋ ਗਈ? ਕਹਿੰਦੇ ਵੀ ਸਾਡੇ ਨਾਲ ਹੋਰ ਜ਼ਮੀਨ ਕਰਾਓ ਜੀ। ਹਾਂਜੀ, 5 ਕਿੱਲੇ ਜ਼ਮੀਨ ਹੋਰ ਮੰਗਦੇ, 5 ਕਿੱਲੇ ਜ਼ਮੀਨ ਹੋਰ ਨਾ ਕਰਾਓ ਫਿਰ ਅਸੀਂ ਵੀ ਫੈਲ ਲਵਾਂਗੇ। ਅਸੀਂ ਫਿਰ ਉਹਨਾਂ ਨੂੰ ਜਵਾਬ ਦਿੱਤਾ ਵੀ ਅਸੀਂ ਜ਼ਮੀਨ ਨਾ ਕਰਾ ਸਕਦੇ। ਕਿੰਨੇ ਚਿਰ ਤੋਂ ਹੁਣ ਜਿਹੜੀ ਗੱਲਬਾਤ ਉਹਨਾਂ ਨਾਲ ਬੰਦ ਹੋਇਆ ਕਿ ਹਜੇ ਵੀ ਗੱਲਬਾਤ ਚੱਲਦੀ ਹੈ? ਹੁਣ 1 ਸਾਲ ਤੋਂ ਗੱਲਬਾਤ ਬੰਦ ਹੈ ਜੀ। ਲਗਭਗ 1 ਸਾਲ ਤੋਂ? ਹਾਂਜੀ ਹਾਂ, ਤਕਰੀਬਨ 1 ਸਾਲ ਤੋਂ ਜੀ। ਅਤੇ ਉਹ ਉਸ ਟਾਈਮ 'ਤੇ ਕੁੜੀ ਜਦੋਂ ਵਿਆਹ ਹੋਇਆ ਉਹ ਪਰਮਾਨੈਂਟ ਰੈਜੀਡੈਂਟ ਸੀ? ਕਿਵੇਂ? ਜਿਸ ਟਾਈਮ ਵਿਆਹ ਹੋਇਆ ਕੁੜੀ ਨਾਲ ਉਸ ਟਾਈਮ ਉਹ ਪਰਮਾਨੈਂਟ ਰੈਜੀਡੈਂਟ ਸੀ? ਹਾਂਜੀ। ਪੀ ਆਰ ਸੀਗੀ? ਪੀ ਆਰ ਸੀ ਪੱਕੇ, ਹਾਂ ਪੀ ਆਰ ਸੀ ਜੀ। ਉਹ ਤਾਂ ਸਾਨੂੰ ਬਾਅਦ 'ਚ ਪਤਾ ਲੱਗਿਆ ਜੀ ਉਹਨਾਂ ਦਾ ਦੂਰੀ ਵਾਰ ਵਿਆਹ ਹੋਇਆ ਜੀ। ਅੱਛਾ। ਹਾਂਜੀ, ਉਹਨਾਂ ਵੱਲੋਂ ਇਹ ਸੈਕਿੰਡ ਮੈਰਿਜ ਸੀਗੀ? ਸੈਕਿੰਡ ਮੈਰਿਜ ਸੀ ਜੀ। ਹਾਂਜੀ, ਇਹਦੇ ਬਾਰੇ ਸਾਨੂੰ ਬਾਅਦ 'ਚ ਦੱਸਿਆ ਉਹਨਾਂ ਨੇ। ਹਾਂਜੀ, ਪਹਿਲਾਂ ਤੁਸੀਂ ਪੁੱਛ ਪੜਤਾਲ ਕੀਤੀ, ਉਦੋਂ ਇਹ ਗੱਲ ਸਾਹਮਣੇ ਨਹੀਂ ਆਈ? ਸਾਹਮਣੇ ਨਹੀਂ ਆਈ ਗੱਲ ਇਹ ਜੀ।
ये बारे सानू उन्होंने कुछ नहीं दस्या जी, सारा काम नेरे च ही रखा जी। बड़ी काली च विआह होया होया? हाँ जी, बहुत ज़्यादा छेती जी होया। हाँ जी, जिहड़े तुहाडे छोटे भरा ने किन्ना क पढ़े ने? इन्हां दे मैट्रिक पास है। हाँ जी, हाँ जी। हूँ तुसीं घर दा गुजारा किवें हुंदा फिर? तो जमीन अपने कोल हैगी है जी, 14-14 किले जमीन आउंदी है। तीन भरा किल्यां चों तुसीं 3 किले उन्हां दे नां कर चुके हो, ते हुण हजे होर कह रहे वी 5 किले होर करो फिर बुलाया जाऊगा। बुलाया जाऊगा जी। तुहानूं कोई आस लगदी है? नहीं, सानूं तां कोई आस नहीं लगदी जी। जिसम जिहड़े गल करदे उह कोई उन्होंने कोई यह जहाँ कोई नहीं ला रहे, किसी का काम च भी नहीं आ रहे। वो थोड़ी हूँ लाडी दे लाडी धनौले के घर देना गलबात हुई है, उन्होंने की सलाह मशवरा होया है, की राय दी गई है थोनू, हूँ तुम अगे की करने की सोच रहे हो? वो यही इन्होंने रह कर आए से भी अपना भी इतों बाद की बनाईए। वो कहें भी साडा आपका केस लग्या इतों, वो केस होगा साढ़े उदू बाद आप रह करके जिम्मे वो करा। हाँ जी, भी परचे की परचे वाल जाओगे पुलिस कार्रवाई वाल? हाँ जी, कार्रवाई तो करांगे फिर, कार्रवाई बिना तो सरना ही नहीं। तो तुसी देखिया भी किवें एक होर परिवार पीड़ित परिवार फरीदकोट तो स्पैशल लाडी धनौले के घर आए ने, उन्हां तो उन्हां सलाह मशवरा किया गया भी अगे की कार्रवाई की कीती जावे। इन्हां वल्लों कहा गया भी जदों असी विआह कराया सी उस वेले दी शर्त सीगी भी 3 किले साढ़े ना कराए जाण, फिर असी कनेडा मुंडे दे कागज़ भरांगे। परिवार वालों यह भी कहा गया भी उन्होंने शर्त इस करके रखी गई सी, उन्होंने यह डर से भी मुंडा कित भज ना जाए जो कनेडा पहुँचे। पर उस तो बाद 9 साल बीत गए है, कुड़ी भी हो गई है, पर हजे तक कोई भी गल सिरे नहीं चढ़ी है, मुंडे नू कनेडा नहीं बुलाया गया। तो परिवार वालों यही कहा जा रहा भी अगे की जो बनती कार्रवाई है हूँ वह करे। धनौले तो कैमरामैन शमशेर सिंह शहजाद नाल मैं शुभकर्म धालीवाल प्रो पंजाब टीवी।